ਉਹਨਾਂ ਨੂੰ ਪਤਾ ਲੱਗੇ ਕਿ ਪਾਕਿਸਤਾਨ ਵਾਲੀ ਸਾਈਡ ਤੋਂ ਜਿਹੜੇ ਆਉਂਦੇ ਨੇ ਯਾਤਰੀ ਜਾਂ ਜਿਹੜੇ ਉੱਥੇ ਵਿਜ਼ਿਟਰ ਜਾਂਦੇ ਨੇ ਉਹ ਕਿਸ ਤਰ੍ਹਾਂ ਜਾਂਦੇ ਨੇ। ਇਹ ਅੱਗੇ ਇੱਕ ਹੋਰ ਬੋਰਡ ਆ ਗਿਆ, ਇਹਦੇ ਉੱਤੇ ਵੀ ਲਿਖਿਆ ਤੁਹਾਨੂੰ ਇੱਥੋਂ 1 ਕਿਲੋਮੀਟਰ ਅੱਗੇ ਹੈਗਾ ਦਰਬਾਰ ਸਾਹਿਬ ਕਰਤਾਰਪੁਰ, ਉੱਥੇ ਲੈ ਕੇ ਜਾਂਦੀਆਂ ਨੇ। ਅਤੇ ਉਹ ਉੱਤੇ ਬੋਰਡ ਇੱਕ ਹੋਰ ਲੱਗਿਆ, ਯਾਨੀ ਕਿ ਜਗ੍ਹਾ ਜਗ੍ਹਾ ਬੋਰਡ ਲਾਏ ਨੇ, ਉਹਨਾਂ 'ਤੇ ਪੰਜਾਬੀ ਵੀ ਲਿਖੀ ਹੈ, ਹਿੰਦੀ ਵੀ ਲਿਖੀ ਹੈ, ਉਰਦੂ ਵੀ ਲਿਖੀ ਹੈ, ਇੰਗਲਿਸ਼ ਵੀ ਲਿਖੀ ਹੈ। ਸ਼ਰਧਾਲੂਆਂ ਅਤੇ ਹਿੰਦੂ ਸ਼ਾਗਿਰਦਾਂ ਜਿਸ ਸਥਾਨ ਤੇ ਚਾਦਰ ਦਾ ਸੰਸਕਾਰ ਕੀਤਾ ਫਿਰ ਹੋ ਗਏ। ਬਾਰ ਬਾਰ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਜੀ, ਐਂ ਲੱਗਦਾ ਵੀ ਅਸੀਂ ਆਪਣੇ ਘਰ ਦੇ ਵਿੱਚ ਆ ਉਰੇ ਆਏ। ਤੁਹਾਨੂੰ ਇੱਥੋਂ ਅਗਰ ਵੀਜ਼ਾ ਮਿਲ ਜੇ ਤੇ ਕੀ ਵੇਖੋਗੇ ਪਹਿਲਾਂ ਜਾ ਕੇ? ਮੈਂ ਪਹਿਲਾਂ ਸਾਰਿਆਂ ਨੂੰ ਆਪਣਾ ਪਿੰਡ ਦੇਖੂੰਗਾ ਜਾ ਕੇ, 363 ਚੱਕ। ਅੱਛਾ, ਹੋਰ ਕੀ ਕੀ ਤੁਸੀਂ ਪਾਕਿਸਤਾਨ ਵੇਖਣਾ ਚਾਹੁੰਦੇ ਹੋ ਜਿਹੜਾ ਸੁਣਿਆ ਦਾ ਕਿ ਉਹ ਵੇਖਣ ਵਾਲੇ ਸ਼ਹਿਰ ਨੇ? ਇੱਕ ਤਾਂ ਲਾਹੌਰ ਦੇਖਣਾ ਸਰ, ਜੇ ਲਾਹੌਰ ਨਹੀਂ ਦੇਖਿਆ ਤਾਂ ਕਹਿੰਦੇ ਨੇ ਦੇਖਿਆ ਹੀ ਕੁਛ ਨਹੀਂ। ਹਾਂ ਠੀਕ। ਇਹ ਵਿੱਚ ਕੁਛ ਲੋਕਾਂ ਨੇ ਨਾ ਇਹ ਜਿਹੜਾ ਤਾਂ ਪਾਠ ਛਾ ਨਾ ਉਹਦੇ ਵਿੱਚ ਪੈਸੇ ਸੁੱਟੇ ਨੇ, ਕੋਇਨਸ ਹੈਗੇ ਨੇ, ਇਹ ਤੁਸੀਂ ਦੇਖ ਸਕਦੇ ਹੋ। ਇਹ ਜੀ ਇਹ ਕਪਲ ਹੈਗਾ ਜੋੜਾ, ਇਹਨਾਂ ਨਾਲ ਮੇਰੀ ਗੱਲ ਹੋਈ ਸੀ, ਇਹ ਨਈ ਦਿੱਲੀ ਤੋਂ ਆਏ। ਦੁਬਾਰਾ ਕਹਿ ਲਓ ਮੁੜ ਕੇ ਆਉਣ ਨੂੰ ਜੀ ਕਰੂਗਾ। ਅੱਛਾ ਸਹੀ ਹੈ। ਹਾਂਜੀ, ਉਹਨਾਂ ਨੂੰ ਪਤਾ ਲੱਗੇ ਕਿ ਪਾਕਿਸਤਾਨ ਵਾਲੀ ਸਾਈਡ ਤੋਂ ਜਿਹੜੇ ਆਉਂਦੇ ਨੇ ਯਾਤਰੀ ਜਾਂ ਜਿਹੜੇ ਉੱਥੇ ਵਿਜ਼ਿਟਰ ਜਾਂਦੇ ਨੇ ਉਹ ਕਿਸ ਤਰ੍ਹਾਂ ਜਾਂਦੇ ਨੇ। ਇਹ ਅੱਗੇ ਇੱਕ ਹੋਰ ਬੋਰਡ ਆ ਗਿਆ, ਇਹਦੇ ਉੱਤੇ ਵੀ ਲਿਖਿਆ ਤੁਹਾਨੂੰ ਇੱਥੋਂ 1 ਕਿਲੋਮੀਟਰ ਅੱਗੇ ਹੈਗਾ ਦਰਬਾਰ ਸਾਹਿਬ ਕਰਤਾਰਪੁਰ, ਉੱਥੇ ਲੈ ਕੇ ਜਾਂਦੀਆਂ ਨੇ। ਉਹ ਉੱਤੇ ਬੋਰਡ ਇੱਕ ਹੋਰ ਲੱਗਿਆ, ਯਾਨੀ ਕਿ ਜਗ੍ਹਾ ਜਗ੍ਹਾ ਬੋਰਡ ਲਾਏ ਨੇ, ਉਹਨਾਂ 'ਤੇ ਪੰਜਾਬੀ ਵੀ ਲਿਖੀ ਹੈ, ਹਿੰਦੀ ਵੀ ਲਿਖੀ ਹੈ, ਉਰਦੂ ਵੀ ਲਿਖੀ ਹੈ, ਇੰਗਲਿਸ਼ ਵੀ ਲਿਖੀ ਹੈ। ਸਿੱਖ ਸ਼ਰਧਾਲੂਆਂ ਅਤੇ ਹਿੰਦੂ ਸ਼ਾਗਿਰਦਾਂ ਜਿਸ ਸਥਾਨ 'ਤੇ ਚਾਦਰ ਦਾ ਸੰਸਕਾਰ ਕੀਤਾ ਇਹ ਵਿੱਚ ਕੁਛ ਲੋਕਾਂ ਨੇ ਨਾ ਇਹ ਜਿਹੜਾ ਤਾਂ ਪਾਠ ਛਾ ਨਾ ਉਹਦੇ ਵਿੱਚ ਪੈਸੇ ਸੁੱਟੇ ਨੇ, ਕੋਇਨਸ ਹੈਗੇ ਨੇ, ਇਹ ਤੁਸੀਂ ਦੇਖ ਸਕਦੇ ਹੋ। ਇਹ ਜੀ ਇਹ ਕਪਲ ਹੈਗਾ ਜੋੜਾ, ਇਹਨਾਂ ਨਾਲ ਮੇਰੀ ਗੱਲ ਹੋਈ ਸੀ, ਇਹ ਨਈ ਦਿੱਲੀ ਤੋਂ ਆਏ ਨੇ। ਅਸਲਾਮ ਵਾਲੇਕਮ ਦੋਸਤੋ, ਔਰੰਗਜ਼ੇਬ ਬੇਗ ਤੁਹਾਡੀ ਖਿਦਮਤ 'ਚ ਹਾਜ਼ਰ। ਅੱਜ ਮੈਂ ਜਾ ਰਿਹਾ ਵਾਂ ਦਰਬਾਰ ਸਾਹਿਬ ਕਰਤਾਰਪੁਰ, ਔਰ ਬੜੇ ਦੋਸਤਾਂ ਨੇ ਕਿਹਾ ਸੀ ਕਿ ਪਾਕਿਸਤਾਨ ਵਾਲੀ ਤੋਂ ਸਾਈਡ ਤੋਂ ਜਿਹੜਾ ਉਹ ਦਰਬਾਰ ਸਾਹਿਬ ਕਰਤਾਰਪੁਰ ਕਿਸ ਤਰ੍ਹਾਂ ਜਾਈਦਾ, ਅਤੇ ਮੈਂ ਫਿਰ ਅੱਜ ਇਹ ਵਲੌਗ ਬਣਾ ਰਿਹਾ ਸਪੈਸ਼ਲ ਉਹਨਾਂ ਦੋਸਤਾਂ ਵਾਸਤੇ ਜਿਹੜੇ ਵੇਖਣਾ ਚਾਹੁੰਦੇ ਨੇ ਕਿ ਜੇ ਪਾਕਿਸਤਾਨੀ ਅਗਰ ਦਰਬਾਰ ਸਾਹਿਬ ਕਰਤਾਰਪੁਰ ਜਾਣਾ ਚਾਹੁੰਦੇ ਨੇ ਤਾਂ ਉਹ ਕਿਸ ਤਰ੍ਹਾਂ ਜਾਂਦੇ ਨੇ, ਉਹਨਾਂ ਨੂੰ ਕਿੱਥੇ ਪੈਸੇ ਦੇਣੇ ਪੈਂਦੇ ਨੇ, ਔਰ ਉੱਥੇ ਜਾ ਕੇ ਉਹ ਕਰਦੇ ਕੀ ਨੇ। ਅਤੇ ਇਹ ਬੋਰਡ ਤੁਸੀਂ ਪਿੱਛੇ ਦੇਖ ਰਹੇ ਹੋ, ਇੱਥੋਂ ਬਿਲਕੁਲ ਨਜ਼ਦੀਕ ਹੈਗਾ, ਮੈਂ ਇਸ ਵੇਲੇ ਖੜਾ ਵਾਂ ਨਾਰੋਵਾਲ ਸ਼ਕਰਗਾ ਰੋਡ 'ਤੇ। ਅਤੇ ਚਲੋ ਆਪਣਾ ਵੀਡੀਓ ਸਟਾਰਟ ਕਰਦੇ ਹਾਂ। ਦੋਸਤੋ ਇਹ ਰੋਡ ਨਜ਼ਰ ਆ ਰਿਹਾ ਨਾਰੋਵਾਲ ਤੋਂ ਸ਼ਕਰਗੜ ਨੂੰ ਜਾ ਰਿਹਾ, ਅਤੇ ਇਹ ਬਿਲਕੁਲ ਬਾਰਡਰ ਦੇ ਨਾਲ ਨਾਲ ਰਾਈਟ ਸਾਈਡ 'ਤੇ ਦਰਿਆਏ ਰਾਵੀ ਹੈ, ਅਤੇ ਅੱਗੇ ਸਾਹਮਣੇ ਸ਼ਕਰਗੜ, ਚੱਕ ਅਮਰੂ ਇਸ ਇਲਾਕੇ 'ਚ ਆਉਂਦੇ ਨੇ। ਅਤੇ ਇੱਥੇ ਜਦੋਂ ਤੁਸੀਂ ਨਾਰੋਵਾਲ ਤੋਂ ਤਕਰੀਬਨ 11 ਕਿਲੋਮੀਟਰ ਦੂਰ ਆਉਂਦੇ ਹੋ ਨਾ, ਤਾਂ ਉਹ ਬੋਰਡ ਨਜ਼ਰ ਆਉਣਾ ਸ਼ੁਰੂ ਹੋ ਗਿਆ ਲੈਫਟ ਸਾਈਡ 'ਤੇ, ਗ੍ਰੀਨ ਕਲਰ ਦਾ, ਉਹ ਦਰੱਖਤਾਂ ਦੇ ਵਿੱਚ ਉਹ ਲੱਗਿਆ ਉੱਥੇ, ਉਹਦੇ 'ਤੇ ਲਿਖਿਆ ਹੈ ਕਿ ਇੱਥੋਂ 2 ਕਿਲੋਮੀਟਰ ਸਿਰਫ ਰਹਿ ਗਿਆ। ਮੈਂ ਤੁਹਾਨੂੰ ਦਿਖਾ ਲਵਾਂ ਇੱਥੋਂ, ਇਹ ਜਨਾਬ ਉੱਤੇ ਲਿਖਿਆ ਸ਼ਕਰਗੜ ਅੱਗੇ, ਅਤੇ ਰਾਈਟ ਸਾਈਡ 'ਤੇ ਜਿਹੜਾ ਲਿਖਿਆ ਮੈਰੂਨ ਕਲਰ ਦਾ, ਉਹ ਲਿਖਿਆ ਜੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ। ਅਤੇ ਇਹ ਮੈਂ ਥੋੜ੍ਹਾ ਹੋਰ ਅੱਗੇ ਆਇਆ, ਅਤੇ ਉਹ ਉੱਤੇ ਬੋਰਡ ਇੱਕ ਹੋਰ ਲੱਗਿਆ, ਯਾਨੀ ਕਿ ਜਗ੍ਹਾ ਜਗ੍ਹਾ ਬੋਰਡ ਲਾਏ ਨੇ, ਉਹਨਾਂ 'ਤੇ ਪੰਜਾਬੀ ਵੀ ਲਿਖੀ ਹੈ, ਹਿੰਦੀ ਵੀ ਲਿਖੀ ਹੈ, ਉਰਦੂ ਵੀ ਲਿਖੀ ਹੈ, ਇੰਗਲਿਸ਼ ਵੀ ਲਿਖੀ ਹੈ, ਤਾਂ ਕਿ ਜਿਹੜੇ ਯਾਤਰੀ ਆ ਉਹਨੂੰ ਪੜ੍ਹ ਲੈਣ। ਇਹ ਦੇਖੋ ਨਾ, ਇਹ ਉੱਤੇ ਸ਼ਕਰਗੜ ਵੈਰੀ ਲੈਫਟ ਐਂਡ ਗ੍ਰੀਨ ਸਾਈਡ 'ਤੇ ਲਿਖਿਆ, ਉਹ ਸ਼ਕਰਗੜ ਅੱਗੇ ਵੇ, ਅਤੇ ਇਹ ਸਾਈਨ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ, ਠੀਕ ਹੈ ਨਾ। ਅਤੇ ਚਲੋ ਜਨਾਬ, ਮੈਂ ਤਕਰੀਬਨ ਇੱਕ ਬੋਰਡ ਅੱਗੇ ਹੋਰ ਆਏਗਾ, ਇਹ ਮੈਂ ਸਾਰੀ ਡਿਟੇਲ ਤੁਹਾਨੂੰ ਇਸ ਲਈ ਦਿਖਾ ਰਿਹਾ ਵਾਂ, ਜਿਹੜੇ ਖਾਸ ਤੌਰ 'ਤੇ ਚੜ੍ਹਦੇ ਪੰਜਾਬ ਦੇ ਨੇ, ਉਹਨਾਂ ਨੂੰ ਪਤਾ ਲੱਗੇ ਕਿ ਪਾਕਿਸਤਾਨ ਵਾਲੀ ਸਾਈਡ ਤੋਂ ਜਿਹੜੇ ਆਉਂਦੇ ਨੇ ਯਾਤਰੀ ਜਾਂ ਜਿਹੜੇ ਉੱਥੇ ਵਿਜ਼ਿਟਰ ਜਾਂਦੇ ਨੇ ਉਹ ਕਿਸ ਤਰ੍ਹਾਂ ਜਾਂਦੇ ਨੇ। ਇਹ ਅੱਗੇ ਇੱਕ ਹੋਰ ਬੋਰਡ ਆ ਗਿਆ, ਇਹਦੇ ਉੱਤੇ ਵੀ ਲਿਖਿਆ ਜੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ, ਇੰਗਲਿਸ਼ ਵੀ ਲਿਖਿਆ ਅਤੇ ਵਿੱਚ ਪੰਜਾਬੀ ਦੇ ਵਿੱਚ ਵੀ ਲਿਖਿਆ, ਠੀਕ ਹੈ। ਅੱਛਾ, ਇਹ ਅੱਜ ਤਾਂ ਟਰੈਕਟਰ ਜਾ ਰਹੇ ਨੇ, ਇਹਦੇ ਕੋਲੋਂ ਥੋੜ੍ਹਾ ਜਿਹਾ ਰਾਈਟ ਸਾਈਡ ਨੂੰ ਰਸਤਾ ਜਾਂਦਾ ਇੱਥੋਂ, ਇਹ ਹੈ, ਇਹ ਆਮ ਰੋਡ ਨਹੀਂ ਹੈਗਾ, ਇਹ ਸਿਰਫ ਦਰਬਾਰ ਸਾਹਿਬ ਕਰਤਾਰਪੁਰ ਗੁਰਦੁਆਰਾ ਨੂੰ ਜਾਂਦਾ। ਇੱਕ ਇਹ ਬੋਰਡ ਲੱਗਿਆ ਚੈੱਕ ਪੋਸਟ ਪਹਿਲੀ ਆਉਂਦੀ ਹੈ ਇੱਥੇ, ਪੁਲਿਸ ਦੀ ਚੈੱਕ ਪੋਸਟ ਹੈਗੀ ਹੈ, ਠੀਕ ਹੈ ਨਾ, ਤਾਂ ਕਿ ਜਿਹੜਾ ਨਾ ਤੁਹਾਡਾ ਆਈ ਡੀ ਕਾਰਡ ਵਗੈਰਾ ਚੈੱਕ ਕਰਨ। ਅਤੇ ਇਹ ਜਨਾਬ ਅੱਗੇ ਉਹ ਦੂਰ ਨਜ਼ਰ ਆ ਰਿਹਾ ਦਰਬਾਰ ਸਾਹਿਬ ਕਰਤਾਰਪੁਰ 'ਤੇ ਆ ਜਿਹੜੇ ਲੱਗੇ ਨੇ ਉੱਥੇ ਕੈਂਪ ਆਫਿਸ, ਅਤੇ ਮੈਂ ਖੜਾ ਵਾਂ ਨਾਰੋਵਾਲ ਸ਼ਕਰਗੜ ਰੋਡ 'ਤੇ, ਠੀਕ ਹੈ ਨਾ। ਅਤੇ ਚਲੋ ਅੱਗੇ ਚੱਲਦੇ ਹਾਂ, ਆਪਣਾ ਚੈੱਕ ਵਗੈਰਾ ਕਰਵਾ ਕੇ ਅਤੇ ਮੈਂ ਆ ਗਿਆ। ਇਹ ਜਿਹੜਾ ਬੂਥ ਬਣਿਆ ਇਹਦੇ ਅੰਦਰ ਟਿਕਟ ਮਿਲਦੀ ਹੈ, ਪਾਕਿਸਤਾਨੀ 400 ਰੁਪਏ ਦੀ ਟਿਕਟ ਇੱਕ ਬੰਦੇ ਦੀ ਮਿਲਦੀ ਹੈ। ਉਸ ਤੋਂ ਬਾਅਦ ਬੱਸ ਔਰ ਸ਼ਟਲ ਚੱਲਦੀਆਂ ਨੇ, ਉਹ ਫਿਰ ਤੁਹਾਨੂੰ ਇੱਥੋਂ 1 ਕਿਲੋਮੀਟਰ ਅੱਗੇ ਹੈਗਾ ਦਰਬਾਰ ਸਾਹਿਬ ਕਰਤਾਰਪੁਰ, ਉੱਥੇ ਲੈ ਕੇ ਜਾਂਦੀਆਂ ਨੇ। ਇਹ ਜਨਾਬ ਸ਼ਟਲ ਦੇ ਉੱਤੇ ਸਵਾਰੀਆਂ, ਮੇਰੇ ਨਾਲ ਦੂਸਰੇ ਵੀ ਹੋਰ ਵਿਜ਼ਿਟਰ ਬੈਠੇ ਨੇ ਜਿਹੜੇ ਉੱਥੇ ਜਾ ਰਹੇ ਨੇ ਦਰਬਾਰ ਸਾਹਿਬ। ਅਤੇ ਇਹ ਸਾਰਾ ਰਕਬਾ ਜਿਹੜਾ ਨਾ, ਦੇਖੋ ਕਿੱਦਾਂ ਖੂਬਸੂਰਤ ਏਰੀਆ ਬਣਾਇਆ, ਬਹੁਤ ਹੀ ਆਲਾ ਕੰਮ ਕੀਤਾ ਪਾਕਿਸਤਾਨ ਦੀ ਗੌਰਮੈਂਟ ਨੇ ਇੱਥੇ, ਤਾਂ ਕਿ
ਜਿਹੜੇ ਸਾਡੇ ਸਿੱਖ ਭਰਾ ਜਾਂ ਦੂਸਰੇ ਮਜ਼ਹਬ ਦੇ ਜਿਹੜੇ ਲੋਕ ਇੱਥੇ ਆਉਣ ਅਤੇ ਉਹ ਆਪਣੀ ਜਿਹੜੀ ਮਜ਼ਹਬੀ ਰਸੂਮਾਤ ਇੱਥੇ ਅਦਾ ਕਰਨ ਔਰ ਅੱਛੀ ਜਗ੍ਹਾ 'ਤੇ ਕਰਨ, ਖੂਬਸੂਰਤ ਜਗ੍ਹਾ ਦੇ 'ਚ ਕਰਨ। ਬਾਬਾ ਗੁਰੂ ਨਾਨਕ ਦਾ ਇੱਥੇ ਜਨਾਬ ਸਾਰਾ ਰਕਬਾ ਏ। ਇੱਥੇ ਉਹਨਾਂ ਦੀ ਤਕਰੀਬਨ 550 acres ਜ਼ਮੀਨ ਸੀ ਉਸ ਦੌਰ 'ਚ ਜਿਹੜੀ ਦੱਸੀ ਜਾਂਦੀ ਕਾਗਜ਼ੀ, 550 acres। ਲਓ ਜੀ ਇਹ ਬੱਸ ਆ ਰਹੀ ਹੈ। ਇੱਥੇ ਸ਼ਟਲ ਤੁਹਾਨੂੰ ਦੱਸਿਆ ਨਾ, ਸ਼ਟਲ ਵੀ ਚੱਲਦੀ ਔਰ ਬੱਸ ਵੀ ਚੱਲਦੀ ਹੈ ਜਿਹੜੀ ਕਿ ਫਰੀ ਹੈਗੀ ਹੈ। ਇਹ ਜਿੱਥੇ ਤੁਹਾਡੀ ਪਾਰਕਿੰਗ ਹੈ ਨਾ, ਜਿੱਥੋਂ ਟਿਕਟਾਂ ਲਈ ਦੀਆਂ ਨੇ, ਉੱਥੋਂ ਲੈ ਕੇ ਅਤੇ ਇਹ ਦਰਬਾਰ ਸਾਹਿਬ ਕਰਤਾਰਪੁਰ ਦੇ ਹਾਥੇ ਦੇ ਵਿੱਚ ਆ ਗਈ ਹੈ। ਇਹਦੇ 'ਚ ਬੈਠੇ ਨੇ ਜਿਹੜੇ ਵਿਜ਼ਿਟਰ ਹੈਗੇ ਨੇ ਪਾਕਿਸਤਾਨ ਵਾਲੀ ਸਾਈਡ ਤੋਂ ਜਿਹੜੇ ਆਏ, ਅਤੇ ਇੱਥੋਂ ਇਹਨਾਂ ਨੂੰ ਗਲੇ 'ਚ ਪਾਉਣ ਵਾਲਾ ਮਿਲੇਗਾ ਕਾਰਡ, ਅਤੇ ਉਹਦੇ ਨਾਲ ਫਿਰ ਐਂਟਰੀ ਹੋ ਜਾਏਗੀ। ਆਈ ਡੀ ਕਾਰਡ ਦਿਖਾਓਗੇ ਅਤੇ ਗਲੇ 'ਚ ਪਾਉਣ ਵਾਲਾ ਕਾਰਡ ਮਿਲ ਜਾਏਗਾ। ਅੱਛਾ, ਇੱਥੇ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੇ ਮੁਸਾਫਰ ਉੱਤਰ ਰਹੇ ਨੇ ਨਾ ਵਿੱਚੋਂ, ਅਤੇ ਇਹ ਜਿਹੜੇ ਤਿਆਰ ਨੇ ਇਹ ਆਲਰੇਡੀ ਇਹਨਾਂ ਵਿਜ਼ਿਟ ਕਰਦੇ ਆ, ਗੁਰਦੁਆਰਾ ਸਾਹਿਬ ਦਾ ਵਿਜ਼ਿਟ ਕਰ ਲਿਆ, ਇਹ ਹੁਣ ਜਾਣਗੇ ਉਹਦੇ 'ਚ। ਇਹ ਬੱਸ ਹੁਣ ਇਹਨਾਂ ਨੂੰ ਪਿੱਛੇ ਲੈ ਕੇ ਜਾਏਗੀ 1 kilometer ਪਿੱਛੇ, ਤਾਂ ਕਿ ਉੱਥੇ ਜਾ ਕੇ ਆਪਣੇ ਆਪ ਦੀ ਕਨਵੀਨੈਂਸ ਜਿਹੜੀ ਕਾਰਾਂ ਖਿਲਾਰ ਕੇ ਲੋਕ ਆਏ ਨੇ। ਡਾਇਰੈਕਟ ਕਾਰ ਗੁਰਦੁਆਰਾ ਸਾਹਿਬ ਨਹੀਂ ਆਉਂਦੀ, ਠੀਕ ਹੈ ਨਾ, ਇਹ ਪਿੱਛੇ 1 kilometer ਪਿੱਛੇ ਖਿਲਾਰ ਕੇ ਆਉਣੀ ਪੈਂਦੀ ਹੈ। ਇਹ ਉਤਰਨ ਦੇ ਨੇ ਜਿਹੜੇ ਯਾਤਰੀ ਆ ਜਿਹੜੇ ਵਿਜ਼ਿਟਰ ਨੇ, ਅਤੇ ਇਹ ਬਹਿਣ ਵਾਲੇ ਤਾਂ ਕਿ ਇਹ ਉੱਥੇ ਵਾਪਸ ਇਹਨਾਂ ਨੂੰ ਇਹ ਬੱਸ ਲੈ ਕੇ ਚਲੀ ਜਾਏ। ਇਹ ਜਨਾਬ ਮੈਂ ਨਾਲ ਨਾਲ ਥੋੜ੍ਹਾ ਡਿਟੇਲ 'ਚ ਤੁਹਾਨੂੰ ਇਸ ਵੀ ਦੱਸਦਾ ਕਿ ਤੁਹਾਨੂੰ ਪਤਾ ਲੱਗੇ ਕਿ ਪਾਕਿਸਤਾਨ ਵਾਲੇ ਜਿਹੜੇ ਆਉਂਦੇ ਨੇ ਇੱਥੇ ਦਰਬਾਰ ਸਾਹਿਬ ਗੁਰਦੁਆਰਾ, ਉਹ ਕਿਹੜੇ ਪ੍ਰੋਸੈਸ 'ਚ ਹੁੰਦਾ ਅਤੇ ਕਿਸ ਤਰ੍ਹਾਂ ਹੁੰਦੇ ਨੇ, ਠੀਕ ਹੈ ਨਾ। ਟਿਕਟ ਵੀ ਤੁਹਾਨੂੰ ਦੱਸ ਚੁੱਕੇ, 400 rupees ਦੀ ਹੈ। ਗੱਡੀਆਂ ਤੁਸੀਂ ਉੱਥੇ ਪਾਰਕ ਕਰੋਗੇ, ਅਤੇ ਸ਼ਟਲ ਵੀ ਹੈ। ਮੈਂ ਸ਼ਟਲ 'ਤੇ ਖੈਰ ਆਇਆ ਵਾਂ, ਅਤੇ ਫਿਰ ਮੈਂ ਬੱਸ ਦਾ ਵੇਟ ਕਰ ਰਿਹਾ ਸੀ ਕਿ ਤੁਹਾਡੇ ਵਾਸਤੇ ਵੀਡੀਓ ਬਣਾਵਾਂ। ਮੇਰੇ ਪਿਛਲੀ ਸ਼ਟਲ ਤੋਂ ਪਿਛਲੀ ਸਾਈਡ 'ਤੇ ਜਿਹੜਾ ਨਾ ਬੱਸ ਆ ਰਹੀ ਸੀ ਤਕਰੀਬਨ 5 minutes ਤੋਂ, ਇੱਥੋਂ ਫਿਰ ਜਿਹੜਾ ਨਾ ਕਾਰਡ ਮਿਲਦੇ ਨੇ ਇਹਨਾਂ ਕਮਰਿਆਂ 'ਚ ਜਾ ਕੇ, ਅਤੇ ਆਈ ਡੀ ਕਾਰਡ ਅਤੇ ਟਿਕਟ ਵਿਖਾਓ, ਅਤੇ ਉਹ ਤੁਹਾਨੂੰ ਗਲੇ 'ਚ ਪਾਉਣ ਵਾਲੇ ਕਾਰਡ ਦੇ ਦੇਣਗੇ। ਮੈਂ ਇੱਕ ਚੀਜ਼ 'ਤੇ ਵਾਜ਼ਿਆ ਕਰ ਦਾਂ ਕਿ ਜਿਹੜਾ ਪਾਕਿਸਤਾਨ ਦਾ ਵਿਜ਼ਿਟਰ ਹੋਏਗਾ ਨਾ, ਉਹਨੂੰ ਨੀਲੀ ਡੋਰੀ ਵਾਲਾ ਕਾਰਡ ਮਿਲੇਗਾ, ਔਰ ਜਿਹੜਾ ਇੰਡੀਆ ਵਾਲੀ ਸਾਈਡ ਤੋਂ ਯਾਤਰੀ ਜਾਂ ਕੋਈ ਵਿਜ਼ਿਟਰ ਆਉਂਦਾ, ਅਤੇ ਉਹਨੂੰ ਯੈਲੋ ਕਲਰ ਦਾ ਯਾਨੀ ਕਿ ਪੀਲੇ ਰੰਗ ਦਾ ਕਾਰਡ ਜਿਹੜਾ ਨਾ, ਉਹਦੀ ਡੋਰੀ ਪੀਲੇ ਰੰਗ ਦੀ ਹੈਗੀ, ਨਿਸ਼ਾਨੀ ਰੱਖੀ ਹੈ। ਅਤੇ ਇਹ ਆ ਗਿਆ ਦਰਸ਼ਨ ਡਿਊੜੀ ਦਾ ਉਹਨਾਂ ਦਾ, ਅਤੇ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਪੂਰਾ ਵਿਊ ਹਾਲ ਦੇ। ਲਓ ਜੀ ਦੋਸਤੋ, ਗੁਰਦੁਆਰਾ ਸਾਹਿਬ ਉਹਦੀ ਸ਼ੂਜ਼ ਮੈਂ ਜਮ੍ਹਾਂ ਕਰਵਾ ਤੇ ਨੇ, ਜੁੱਤੀਆਂ ਜਮ੍ਹਾਂ ਕਰਵਾ ਤੀਆਂ ਨੇ, ਅਤੇ ਸਿਰ ਢਾਂਪਣਾ ਹੁੰਦਾ, ਉਹ ਆਲਰੇਡੀ ਮੈਂ ਟੋਪੀ ਪਹਿਨੀ ਹੋਈ ਹੈ। ਅਤੇ ਇਹ ਜਨਾਬ ਸਿੱਧੇ ਬਰਾਮਦੇ ਬਣੇ ਨੇ, ਅੱਗੇ ਜਾ ਕੇ ਸਰੋਵਰ ਹੈ, ਇਹ ਉਹ ਏਰੀਆ ਸਰੋਵਰ ਵਾਲਾ। ਅਤੇ ਇਹ ਲੈਫਟ ਸਾਈਡ ਨੂੰ ਜਨਾਬ ਹੈ, ਇੱਥੋਂ ਤੁਸੀਂ ਦਰਸ਼ਨ ਕਰ ਸਕਦੇ ਹੋ ਦਰਬਾਰ ਸਾਹਿਬ ਬਾਬਾ ਗੁਰੂ ਨਾਨਕ। ਵਾਹ ਜੀ ਵਾਹ, ਕਿਆ ਬਾਤ ਹੈ। ਇਹ ਜਨਾਬ ਸਾਰਾ ਤੁਹਾਨੂੰ ਵਿਊ ਬਹਾਲਨੇ ਪਏ, ਜਦੋਂ ਐਂਟਰ ਹੋਈਦਾ ਤਾਂ ਤੁਹਾਨੂੰ ਇਸ ਤਰ੍ਹਾਂ ਸਾਰਾ ਕੁਛ ਨਜ਼ਰ ਆਉਂਦਾ, ਇਸ ਤੋਂ ਬਾਅਦ ਫਿਰ ਤੁਸੀਂ ਅੱਗੇ ਜਾਣਾ ਹੁੰਦਾ। ਲਓ ਜੀ, ਅੱਜ ਤਾਂ ਇੱਥੇ ਕੁਝ ਜ਼ਿਆਦਾ ਯਾਤਰੀ ਨਜ਼ਰ ਨਹੀਂ ਆ ਰਹੇ, ਸ਼ਾਇਦ ਗਰਮੀ ਬਹੁਤ ਜ਼ਿਆਦਾ ਹੈ, ਲੇਕਿਨ ਇੱਥੇ ਬਹੁਤ ਸਾਰੇ ਜਿਹੜੇ ਮੁਸਲਮਾਨ ਲੋਕ ਨੇ ਪਾਕਿਸਤਾਨ ਵਾਲੀ ਸਾਈਡ ਤੋਂ, ਉਹ ਵੀ ਰੋਜ਼ਾਨਾ ਜਾਂਦੇ ਨੇ, ਆਪਣੇ ਪਰਿਵਾਰ ਨੂੰ ਲੈ ਕੇ ਜਾਂਦੇ ਨੇ। ਇੱਥੇ ਇਹ ਹਾਲ ਤੁਸੀਂ ਦੇਖੋ ਕਿੱਡਾ ਖੂਬਸੂਰਤ ਔਰ ਬਹੁਤ ਵੱਡਾ ਬਣਿਆ, ਪੱਥਰ ਲੱਗੇ ਨੇ। ਅੱਛਾ, ਇੱਥੇ ਨਾ ਇਹ ਪੁਰਾਣਾ ਖੂਹ ਇੱਕ ਸਿਹਨ ਦੇ ਵਿੱਚ, ਇੱਥੇ ਤਕਰੀਬਨ 3 khooh ਹੈਗੇ ਨੇ ਜਿਹੜੇ ਉਸ ਦੌਰ ਦੇ ਨੇ, ਛੋਟੀ ਇੱਟ ਨਾਲ ਬਣੇ ਨੇ। ਇੱਕ ਤਾਂ ਖੂਹ ਇਹ ਹੈਗਾ ਨਾ, ਇਹਨੂੰ ਡਾਂਪ ਦਿੱਤਾ ਗਿਆ। ਇਹ ਉਹ ਹੀ ਖੂਹ ਨੇ ਜਿੱਥੇ ਬਾਬਾ ਜੀ ਉਹਨਾਂ ਦੀਆਂ ਜ਼ਮੀਨਾਂ 'ਚ ਨਾਲ ਲਵਾਏ ਸਨ, ਔਰ ਇਹਦੇ ਨਾਲ ਆਪਣੀਆਂ ਖੇਤਾਂ ਨੂੰ ਆਪਣੇ ਫਸਲਾਂ ਨੂੰ ਪਾਣੀ ਦਿੰਦੇ ਹੁੰਦੇ ਸਨ, ਪੁਰਾਣੇ ਖੂਹ। ਅਤੇ ਇਹ ਜਾਲੀ ਲਾ ਦਈਏ ਤਾਂ ਕਿ ਕੋਈ ਵਿੱਚ ਬੱਚਾ ਨਾ ਡਿੱਗ ਜਾਏ, ਕਿਉਂਕਿ ਹਿਫਾਜ਼ਤ ਜ਼ਰੂਰੀ ਹੈ। ਇਹ ਦੇਖੋ ਨਾ, ਇਹ ਹਾਥੇ ਦੇ ਵਿੱਚ ਹੈ, ਗੁਰਦੁਆਰਾ ਸਾਹਿਬ ਦੇ ਹਾਥੇ 'ਚ। ਅਤੇ ਇੱਕ ਖੂਹ ਇਹ ਲੱਗਿਆ, ਇਹ ਜਿਹੜਾ ਤੁਹਾਨੂੰ ਛੋਟਾ ਜਿਹਾ ਗੋਲ ਜਿਹਾ ਨਜ਼ਰ ਆ ਰਿਹਾ ਨਾ ਕਮਰਾ ਜਿਹਾ, ਇਹਦੇ ਵਿੱਚ ਖੂਹ ਹੈ ਓਰੀਜਨਲ ਹਾਲਤ ਦੇ ਵਿੱਚ। ਮੈਂ ਤੁਹਾਨੂੰ ਹਾਲ ਨੂੰ ਉੱਥੇ ਜਾ ਕੇ ਪੂਰੇ ਤੁਹਾਨੂੰ ਅੱਜ ਦਰਸ਼ਨ ਕਰਾਵਾਂਗੇ ਜੀ ਬਾਬਾ ਜੀ ਦੇ ਆਪਣਾ ਘਰ ਦੇ। ਕਿਆ ਬਾਤ ਹੈ, ਇੱਥੋਂ ਜਨਾਬ ਤੁਸੀਂ ਅੰਦਰ ਚਲੇ ਜਾਓ। ਇਹ ਗ੍ਰੀਨ ਬੈਲਟ ਲਾਇਆ ਤਾਂ ਕਿ ਪੱਥਰ ਬੜਾ ਗਰਮ ਹੈ, ਅਤੇ ਇਹ ਗ੍ਰੀਨ ਜਿਹੜਾ ਕਾਰਪੇਟ ਹੈ ਨਾ, ਇਹਨੂੰ ਹਮੇਸ਼ਾ ਉਹ ਤਰ ਰੱਖਦੇ ਨੇ, ਉੱਤੇ ਪਾਣੀ ਸੁੱਟਦੇ ਰਹਿੰਦੇ ਤਾਂ ਕਿ ਯਾਤਰੀਆਂ ਨੂੰ ਚੱਲਣ ਦੇ 'ਚ ਆਸਾਨੀ ਰਹੇ। ਇਹ ਖੂਹ ਆ ਗਿਆ ਜੀ ਪੁਰਾਣਾ ਓਰੀਜਨਲ ਟਿੰਡਾਂ ਵਾਲਾ ਖੂਹ ਜਿਹੜਾ ਹੁੰਦਾ ਸੀ, ਇਹ ਦੇਖੋ ਟਿੰਡਾਂ, ਉਹ ਪੁਰਾਣੀਆਂ ਟਿੰਡਾਂ ਜਨਾਬ। ਵਾਹ ਜੀ ਵਾਹ, ਇਹ ਜਨਾਬ ਜਿਹੜਾ ਉਸ ਦੌਰ ਦਾ ਬਾਬਾ ਜੀ ਵੀ ਇਸਤੇਮਾਲ ਕਰਦੇ ਨੇ, ਅਤੇ ਅੱਜ ਵੀ ਇਹ ਉਹਨੂੰ ਖੂਹ ਨੂੰ ਮਹਿਫੂਜ਼ ਕਰ ਲਿਆ ਗਿਆ। ਇਹ ਪਤਾ ਨਹੀਂ ਕਦੋਂ ਦਾ ਲੱਗਾ ਹੈ, ਮੈਨੂੰ ਕੋਈ ਇਹਦੀ ਐਗਜੈਕਟ ਹਿਸਟਰੀ ਨਹੀਂ ਪਤਾ, ਬਲਕਿ ਸ਼ਾਇਦ ਕਿਸੇ ਨੂੰ ਵੀ ਨਾ ਪਤਾ। ਅਤੇ ਇਹ ਕੋਲੋਂ ਦੀ ਜਰੋਕੇ ਦੇ ਵਿੱਚ ਗੁਰਦੁਆਰਾ ਸਾਹਿਬ, ਠੀਕ ਹੈ ਨਾ, ਉਹਦਾ ਖੂਬਸੂਰਤ ਮੰਜ਼ਰ। ਅਤੇ ਇਹ ਜਨਾਬ ਇਹ ਫਿਰ ਤੁਹਾਨੂੰ ਖੂਹ 'ਤੇ ਮਨਾਜ਼ਰ ਵਾਲਣਾ, ਮੈਂ ਥੋੜ੍ਹਾ ਜ਼ੂਮ ਕੀਤਾ, ਦੇਖੋ ਕਿਸ ਤਰ੍ਹਾਂ ਖੂਹ ਬਣਿਆ,
छोटी इट तो ये पंप एक लगा है यह पंप तो यह पंप ना पानी निकलता तो यह टिंडा में अज भी मौजूद ये अच्छा जो गेड़न वाला सिस्टम से ना जो गेयर च जिन्होंने कहें वह बहर लगे ये अज भी मौजूद है। यह देखो जी बड़ी अच्छी हालत मौजूद है गो के हम चलता नहीं क्योंकि हम तो खूह का जमाना ही नहीं रहा और चला के करना भी की है लेकिन यह जनाब उ पुरानी तारीखी और यादगार ये भी अज इतने गुरद्वारा साहब के हाथ के उस तरह महफूज हैगी है। एच कुछ लोगों ने ना यह जो पार्ट्स है ना वो पैसे सुटे ने कोइनस है तुम देख सकते हो ए जी ए कपल है जोड़ा इन्होंने मेरी गल हुई सी नई दिल्ली तो आए ने यह हिंदू धर्म के जो लोग ने ये वो भी इतने आए ने तो लिखा जी श्री गुरु नानक देव जी के फूल और चादर को यहाँ दफन किया गया यानी कि जो इन्हों बाबा जी के आखिरी वक्त से तो फिर फुल तो चादर ही कहा जाता इतने रह गए सन तो फिर इतने दफनाए गए सन अद्धी फुल तो अद्धी चादर इतने ये मुसलमानों ने दफनाए सन तो अद्धे फुल तो अद्धे चादर यह जी खूबसूरत गुरद्वारा साहब की इमारत नज़र आती है इतने उत्ते वो फिर रखे गए जोड़े सिख धर्म के सन जी तरीकाकार मुताबक क्योंकि बाबा जी के बारे मुसलमान कहें जी साडा पीर सिख कहें सन जी साडा और हिंदू कहें सन जी साडा क्योंकि इस तरह का जरा असी ये पढ़िया सुनिया है तो यह जनाब गुरद्वारा साहब के तुम खसूसी मुनाजर वेख रहे हो कैसा खूबसूरत है जो पुरानी ओरिजिनल इमारत है जी इनू सिर्फ उत्ते रंग रोगन किया गया लेकिन यह पुरानी सी जो गुरद्वारा साहब की जी रेनोवेशन नहीं सी की गई कोरीडोर खोलन तो पहले तो वह बिल्डिंग है ये ओरिजिनल हालत मौजूद है जी आप ए चार सौ जो ब्रांडे ने नवे बने ने औरंगजेब बेग इस वे मौजूद है दरबार साहब करतारपुर गुरद्वारा साहब तो इतने असं आए हैं तो साढ़े कुछ दोस्त भरा आए हैं चढ़ते पंजाब वालों तो इन्होंने जनाब बड़ी इन्हों की ख्वाहिश थी कि असं दरबार साहब करतारपुर जाइए तो मैंने इन्होंने राबता किया कि मैं भी इतना इन्होंने आके मिला मेरा भी दिल करता चलो असं आए मिले चलो इन्होंने थोड़ी थोड़ी गल करने कि इन्हों के की जज्बात ने या ये की कहना चाहते ने इतने दरबार साहब करतारपुर आके। अच्छा भाजी अपना नाँ तो जरा दस दौ कितों आए हो? मेरा नाम राजू दाऊदपुर है मैं मेरा पिंड दाऊदपुर है तहसील समराला है मेरी डिस्ट्रिक्ट लुधियाना पंजाब इंडिया तो आया मैं ते कैसा लगा इतने पहली दफा आके दरबार साहब? भाजी ए लगता भी असं अपने घर के पुराने घर के अपना दोबारा आ गए साडा पुराना घर से क्योंकि साढ़े बजुर्ग इतों गए हुए हैं। किहड़ा पिंड सी? साडा 363 चक्कर हुण फैसलाबाद हैगा अपने जिदन की बुकिंग कराई है कदो साडा नंबर आ जाए कदो चले जाइए पहला धरती चूमे फिर दिल करता फिर आओगे बार बार इतो जान दिल नहीं करता जी ए लगता भी अने घर अगर वीजा मिल जाए की वेखोगे पहला जा मैं पहला सारे अपना पिंड देखूंगा जाके 363 चक। अच्छा होर की पाकिस्तान का वेखना चाहते हो जो सुनिया कि वेखने वाले शहर ने? एक तो लाहौर देखना सर लाहौर नहीं देखा था कहते देखा ही कोई ठीक एक लाहौर जरूर देखना क्योंकि साड़ी राजधानी सी खालसा राज दी वो जरूर देखनी है बाकी सारा ही ननकाणा साहब देखने सारी जगह देखो जी अपना अपना है जी पाकिस्तान तो ये तो चलो बंडिया पै गई गलत हो गया साडा अपना साडा साडा खून एक है साडा खाना पीना एक है साडा रहना सहना एक है साडे रीति रिवाज एक ने असि सारे भरा हाँ ते की पैगाम चढ़ते पंजाब वाले ते लैंदे पंजाब वाले वास्ते? पैगाम तो यही है भी सारे भरा आप दोबारा उदा ही कट्ठे हो जाइए जिवें कह लो भी अमरीका ते रूस नूं भी मूहरे ला लांगे एक बार जे कट्ठे हो जाइए ना हिंदुस्तान ते पाकिस्तान क्योंकि जिन्ना इन्हां दा दिमाग है दोनों देशों का नहीं है किसी को बड़ी ताकत इन्हों को। हाँ जी हाँ बहुत ज्यादा जी ठीक हो गया। अच्छा भाजी ता नाम है? मेरा नाम गुरजीत सिंह है जी। अच्छा ते कैसा लग्या आके दरबार साहब करतारपुर? वधिया लग्या जी ते
ਜੱਦਾ ਕੋਰੀਡੋਰ ਖੁੱਲਿਆ ਜੱਦੀ ਕੋਸ਼ਿਸ਼ ਕਰਦੇ ਆ ਪਰ ਟਾਈਮ ਹੀ ਹੁਣ ਲੱਗਿਆ ਆਉਣ ਦਾ ਤੇ ਹੋਰ ਕਿਹੜਾ ਦਿਲ ਕਰਦਾ ਪਾਕਿਸਤਾਨ ਦਾ ਕਿਹੜਾ ਇਲਾਕਾ ਵੇਖਣ ਦਿਲ ਕਰਦਾ ਪਾਕਿਸਤਾਨ ਦੇਖਣ ਦਾ ਦਿਲ ਕਰਦਾ ਸਾਡੇ ਬਜ਼ੁਰਗ ਇੱਥੋਂ ਦੇ ਸੀ ਕਿਹੜਾ ਸੀ ਤੁਹਾਡਾ ਇਲਾਕਾ 363 ਸਾਹਮਣੇ ਫਲਾਣਾ ਚੱਕ ਹੈ 275 ਸ਼ਾਇਦ ਕਿੰਨਾ ਸੀ ਮੈਨੂੰ ਯਾਦ ਨੀ ਉਹਦੇ ਦੂਜੇ ਪਾਸੇ ਮੈਨੂੰ ਕਹਿੰਦੇ ਇੱਥੋਂ ਇੱਕ ਪਹੀ ਜਾਂਦੀ ਹੋਊਗੀ ਉਹਦੇ ਨਾਲ ਦੇਖ 363 ਚੱਕ ਉਹਨਾਂ ਨੇ ਸਾਰਾ ਦੱਸਤਾ ਇੱਥੇ ਸਾਡਾ ਘਰ ਸੀ ਇੱਥੇ ਟੋਭਾ ਹੁੰਦਾ ਸੀ ਤੇ ਉਹ ਸਾਰਾ ਕੁਛ ਉਹਨਾਂ ਨੇ ਦੱਸਿਆ ਇੱਥੇ ਗੁਰਦੁਆਰਾ ਸੀਗਾ ਸਾਰਾ ਕੁਛ ਉਹਨਾਂ ਨੇ ਮੈਨੂੰ ਦੱਸਿਆ ਮੈਂ ਦਿਖਾਉਂਦਾ ਰਿਹਾ ਮੈਂ ਦਾਦਾ ਜੀ ਨੂੰ ਜਾਂਦੇ ਹੁੰਦੇ ਕਿ ਦਿਲ ਕਰਦਾ ਜਾਂਦੇ ਉਹ ਤਾਂ ਬਹੁਤ ਕਹਿੰਦੇ ਹੁੰਦੇ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਆ ਉਹ ਵਿਚਾਰੇ ਚਲੋ ਨਹੀਂ ਦੁਬਾਰਾ ਆ ਸਕੇ ਉਹਨਾਂ ਦਾ ਬੜਾ ਦਿਲ ਸੀਗਾ ਜਿਵੇਂ ਕਹਿ ਲਓ ਵੀ ਦਿਲ ਇੱਥੇ ਹੀ ਰਹਿ ਗਿਆ ਉਹਨਾਂ ਦਾ ਇੱਥੇ ਹੀ ਸੀਗਾ ਭਾਈ ਤੁਸੀਂ ਦੱਸੋ ਕਿ ਕਿਹੜਾ ਸ਼ਹਿਰ ਹੋਰ ਲਾਹੌਰ ਦਾ ਆਪਣਾ ਲਾਹੌਰ ਵਗੈਰਾ ਦਿਲ ਕਰਦਾ ਕਿਤੇ ਜਾਣ ਤੇ ਵੀਜ਼ਾ ਮਿਲ ਜਾਓ ਨਹੀਂ ਤੇ ਬਿਲਕੁਲ ਜੀ ਤਕਰੀਬਨ ਸਾਰੇ ਦੇਖਣ ਵਾਲਾ ਹੀ ਹੈ ਜੀ ਸਭ ਕੁਝ ਦੇਖਣ ਬਹੁਤ ਮਨ ਨੂੰ ਸਕੂਨ ਮਿਲਿਆ ਜੀ ਕੀ ਬਜ਼ੁਰਗਾਂ ਨੇ ਕਦੀ ਗੱਲਾਂ ਕੀਤੀਆਂ ਨੇ ਇਸ ਪੰਜਾਬ ਦੀਆਂ ਪੰਜਾਬ ਦੀਆਂ ਜਾਂ ਬਜ਼ੁਰਗ ਗੱਲਾਂ ਕਰਦੇ ਆ ਜੀ ਤਕਰੀਬਨ ਬੜਾ ਮਨ ਭਰਦਾ ਜੀ ਉਹ ਗੱਲਾਂ ਯਾਦ ਕਰਕੇ ਵੀ ਬੜਾ ਏਦਾਂ ਤੇ ਦਿਲ ਕਰਦਾ ਹੋਣਾ ਤੇ ਅੱਜ ਫਿਰ ਕਿਹਦਾ ਲੱਗਾ ਇੱਥੇ ਧਰਤੀ ਤੇ ਆ ਕੇ ਮੈਂ ਧਰਤੀ ਤੇ ਉਹੀ ਆ ਜੀ ਅੱਜ ਸਾਨੂੰ ਉਹੀ ਆਪਣੇ ਬਜ਼ੁਰਗਾਂ ਦੀ ਉਦਾਂ ਯਾਦ ਆਉਂਦੀ ਆ ਆਹ ਧਰਤੀ ਤੇ ਆ ਕੇ ਵੀ ਕਿੱਦਾਂ ਹੋਇਆ ਕਿੱਦਾਂ ਵੰਡਾਂ ਪਈਆਂ ਜੀ ਬੜਾ ਉਹ ਹੁੰਦਾ ਮਨ ਨੂੰ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਨਾਂ ਹੈ ਆਪਣਾ ਮੇਰਾ ਨਾਮ ਸ਼ਰਨਜੀਤ ਸਿੰਘ ਪਿੰਡ ਚੱਕਮਾਫੀ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਪੰਜਾਬ ਤੇ ਪਹਿਲੀ ਦਫਾ ਆਏ ਹੋ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਜੀ ਇਹ ਲੋਕ ਸਾਡੇ ਨਾਲ ਵੀ ਵਧੀਆ ਸਾਨੂੰ ਸਾਡੇ ਲੋਕਾਂ ਨਾਲ ਵੀ ਵਧੀਆ ਪਿਆਰ ਦਿੰਦੇ ਨੇ ਬਹੁਤ ਜ਼ਿਆਦਾ ਵਧੀਆ ਨੇ ਮੁੜ ਦੁਬਾਰਾ ਕਹਿ ਲਓ ਮੁੜ ਕੇ ਆਉਣ ਨੂੰ ਜੀ ਕਰੂਗਾ ਅੱਛਾ ਸਹੀ ਆ ਹਾਂਜੀ ਤੇ ਕੋਈ ਪੈਗਾਮ ਦੇਣਾ ਚਾਹੁੰਦੇ ਤੁਸੀਂ ਇੱਧਰ ਦੇ ਪੰਜਾਬ ਵਾਲਿਆਂ ਨੂੰ ਅਸੀਂ ਤਾਂ ਇਹੀ ਕਹਿੰਦੇ ਵੀ ਜਿਵੇਂ ਪਹਿਲਾਂ ਭਾਈਚਾਰਾ ਬਣਿਆ ਸੀ ਉਹ ਦੁਬਾਰਾ ਉਹੀ ਭਾਈਚਾਰਾ ਬਣ ਜਾਵੇ ਗੁਰੂ ਜੀ ਦੇ ਸਿੱਖ ਸ਼ਰਧਾਲੂਆਂ ਅਤੇ ਹਿੰਦੂ ਸ਼ਾਗਿਰਦਾਂ ਜਿਸ ਤਾਂ ਤੇ ਚਾਦਰ ਦਾ ਸੰਸਕਾਰ ਕੀਤਾ ਉੱਥੇ ਉਹਨਾਂ ਗੁਰੂ ਜੀ ਦੀ ਯਾਦ ਵਿੱਚ ਸ਼ਰਧਾ ਅਨੁਸਾਰ ਸਮਾਧ ਤਿਆਰ ਕਰਵਾਈ ਇਹਨਾਂ ਦੋਵਾਂ ਯਾਦਗਾਰਾਂ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਹਨ ਇਸ ਅਸਥਾਨ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਸੰਬੰਧਿਤ ਪੁਰਾਤਨ ਖੂਹ ਸਾਹਿਬ ਜਿਸ ਦੀ ਵਰਤ ਲਓ ਜੀ ਇਹ ਸਾਡੇ ਸਿੱਖ ਭਰਾ ਜਿਹੜੇ ਚੜ੍ਹਦੇ ਪੰਜਾਬ 'ਚੋਂ ਆਏ ਸਨ ਅੱਗੇ ਇਹਨਾਂ ਦੇ ਇੰਟਰਵਿਊ ਵੀ ਮੈਂ ਤੁਸੀਂ ਸੁਣਿਆ ਨੇ ਇਹਨਾਂ ਨੇ ਮੈਨੂੰ ਰਾਬਤਾ ਕੀਤਾ ਕਿ ਜੀ ਅਸੀਂ ਆ ਰਹੇ ਹਾਂ ਤਾਂ ਮੇਰੀ ਸਾਡੀ ਬੜੀ ਖੁਆਇਸ਼ ਹੈ ਕਿ ਤੁਹਾਨੂੰ ਮਿਲਿਆ ਜਾਏ ਤੁਹਾਡੀਆਂ ਵੀਡੀਓ ਵੇਖੀ ਦੀਆਂ ਨੇ ਪਾਰਟੀਸ਼ਨ ਦੇ ਵੱਲ ਨਾ ਇੰਡੀਆ ਦੇ ਵਿੱਚ ਅਤੇ ਤੁਹਾਨੂੰ ਮਿਲਣਾ ਚਾਹ ਰਿਹਾ ਫਿਰ ਮੈਂ ਜਨਾਬ ਸਪੈਸ਼ਲ ਆਪਣੀ ਸਾਰੀ ਮਸਰੂਫੀਆਤ ਛੱਡ ਕੇ ਅਤੇ ਗਿਆ ਅਤੇ ਆਪਣੇ ਸਿੱਖ ਭਰਾਵਾਂ ਨੂੰ ਉੱਥੇ ਮਿਲਿਆ ਅਸੀਂ ਸਾਰਾ ਦਿਨ ਇਕੱਠੇ ਗੁਜ਼ਾਰਿਆ ਅਤੇ ਇਹਨਾਂ ਹੁਣ ਕੁਝ ਪੈਗਾਮ ਦੇਣਾ ਅਤੇ ਅਸੀਂ ਇਹਨਾਂ ਦਾ ਜਿਹੜਾ ਪੈਗਾਮ ਹੈ ਨਾ ਉਹ ਵੀ ਤੁਹਾਨੂੰ ਸੁਣਾਉਣੇ ਕਿ ਕਹਿਣਾ ਕੀ ਚਾਹੁੰਦੇ ਨੇ ਜੀ ਭਾਅ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਦੋਨੇ ਕ੍ਰਿਕਟਰ ਇਹਨਾਂ ਦੀ ਯਾਰੀ ਸੀ ਆਪਸ ਚ ਬਹੁਤ ਇਹਨਾਂ ਨੇ ਯਾਰੀ ਨਿਭਾਈ ਤੇ ਲਾਂਘਾ ਖੋਲਿਆ ਇਹ ਤਾਂ ਜਿਵੇਂ ਕਹਿ ਲਓ ਵੀ ਦੇਣ ਨੀ ਅਸੀਂ ਦੇ ਸਕਦੇ ਇਮਰਾਨ ਖਾਨ ਦੋਨਾਂ ਦਾ ਦੇਣ ਨੀ ਦੇ ਸਕਦੇ ਨਵਜੋਤ ਸਿੰਘ ਸਿੱਧੂ ਨੇ ਬੜੀ ਇਹਦੇ ਵਾਸਤੇ ਮਿਹਨਤ ਕੀਤੀ ਹੈ ਲਓ ਜੀ ਇੱਥੇ ਫਿਰ ਅਸੀਂ ਆਪਣੇ ਸਿੱਖ ਭਾਈਆਂ ਨੂੰ ਗੁੱਡ ਬਾਏ ਕਿਹਾ ਉਹ ਆਪਣੀ ਸਾਈਡ ਨੂੰ ਚਲੇ ਗਏ ਤੇ ਮੈਂ ਫਿਰ ਬਾਹਰ ਆ ਗਿਆ ਤਾਂ ਕਿ ਬੱਸ ਦੇ ਸਵਾਰ ਹੋ ਕੇ ਤੇ ਆਪਣੀ ਜਿੱਥੇ ਮੈਂ ਗੱਡੀ ਖੜੀ ਕੀਤੀ ਉੱਥੇ ਤੱਕ ਜਾਵਾਂ ਲਓ ਜੀ ਦੋਸਤੋ ਇੱਕ ਗਰਮੀ ਦਾ ਭਰਿਆ ਦਿਨ ਲੇਕਿਨ ਪੂਰਾ ਇੰਜੋਏ ਕੀਤਾ ਸਿੱਖ ਭਾਈਆਂ ਆਪਣੇ ਦੋਸਤਾਂ ਨਾਲ ਮੁਲਾਕਾਤ ਹੋਈ ਹੈ ਔਰ ਇਹ ਜਨਾਬ ਅਸੀਂ ਹੁਣ ਵਾਪਸੀ ਦੀ ਤਿਆਰੀ ਫੜ ਲਈਏ ਪਾਰਕਿੰਗ ਏਰੀਆ ਜਾ ਰਹੇ ਹਾਂ ਅਤੇ ਪਾਰਕਿੰਗ ਏਰੀਆ ਤਕਰੀਬਨ ਆਉਣ ਵਾਲਾ ਹੀ ਹੈ 1 ਕਿਲੋਮੀਟਰ ਪਾਰਕਿੰਗ ਤੋਂ ਜਿਹੜਾ ਨਾ ਉਹ ਗੁਰਦੁਆਰਾ ਸਾਹਿਬ ਹੈ ਇਹ ਪਾਰਕਿੰਗ ਏਰੀਆ ਆ ਗਿਆ ਠੀਕ ਹੋ ਗਿਆ ਅਤੇ ਇਹ ਸੀ ਅੱਜ ਦੀ ਵੀਡੀਓ ਆਪਣਾ ਖਿਆਲ ਰੱਖਣਾ ਔਰੰਗਜ਼ੇਬ ਨੂੰ ਇਜਾਜ਼ਤ ਦਿਓ ਤੁਹਾਡਾ ਸਾਰਿਆਂ ਦਾ ਰੱਬ ਰਾਖਾ